ਬੀਬੀਓ ਜਿੰਨੀਆਂ ਬੀਬੀਆਂ ਦੇ ਗੋਡੇ ਦੁਖਦੇ ਨੇ ਉਹ ਤਾਂ ਹੁਣ ਦੁਖਦੇ ਹੀ ਨੇ, ਉਹਦਾ ਤਾਂ ਕੁਛ ਹੋ ਨਹੀਂ ਸਕਦਾ। ਜਿਨ੍ਹਾਂ ਦੇ ਨਹੀਂ ਦੁਖਦੇ ਉਹ ਚੌਂਕੜੀ ਮਾਰ ਕੇ ਬੈਠਿਆ, ਚੌਂਕੜੀ ਨਾ ਛੱਡ। ਚੌਂਕੜੀ ਮਾਰਨ ਵਾਲਿਆਂ ਦੇ ਗੋਡੇ ਬਹੁਤ ਘੱਟ ਦੁਖਦੇ। ਤੁਸੀਂ ਪਾਠੀਆਂ ਦੇ ਗੋਡੇ ਪਵਾਏ ਵੇਖੇ ਕਦੀ? ਵੀ ਪਾਠੀ ਪਾਠੀ ਦਾ ਗੋਡਾ ਪੈ ਗਿਆ ਹੋਵੇ, ਹੈ ਵੀ ਉਦਾਂ ਭਾਵੇਂ ਗੋਡੇ ਗਾਡੇ ਪੈ ਜਾਣ ਕਦੋਂ। ਸਾਡੇ ਵਰਗਿਆਂ ਨੂੰ ਮੰਨ ਕੇ ਚੱਲੋ, ਸਾਡੇ ਵਰਗਿਆਂ ਦੇ ਠੁੱਡ ਗੋਡੇ ਕਈ ਵਾਰੀ ਉਵੇਂ ਭਾਵੇਂ ਗੋਡੇ ਗਾਡੇ ਪੈ ਗਏ ਹੋਣ ਕਿਤੇ ਕਿਸੇ ਕਰਤੂਤ ਕਰਕੇ, ਗਲਤੀ ਕਰਕੇ, ਪਰ ਉੱਦਾਂ ਕਦੇ ਤੁਸੀਂ ਪਾਠੀਆਂ ਦੇ ਗੋਡੇ ਬਦਲਣ ਦੀ ਲੋੜ ਹੀ ਨਹੀਂ ਪੈਂਦੀ। ਚੌਂਕੜੇ ਲਾ ਕੇ ਬਹਿੰਦੇ ਨੇ, ਹੁਣ ਮੈਂ ਰੋਟੀ ਖਾਂਦਾ ਸਵੇਰੇ ਵੀ, ਸ਼ਾਮ ਮੈਂ ਚੌਂਕੜੀ ਲਾ ਕੇ ਬੈਠਦਾ, ਅਤੇ ਹੁਣ ਮੈਂ ਇੱਥੇ ਬੈਠਾ ਹੁੰਦਾ ਕਈ ਵਾਰੀ ਕੁਰਸੀ 'ਤੇ ਚੌਂਕੜੀ ਲਾ ਕੇ, ਅਤੇ ਜੇ ਮੈਂ ਸੀਟ 'ਤੇ ਬਵਾਂ ਲੰਬਾ ਸਫ਼ਰ ਹੋਵੇ ਮੈਂ ਅੱਧਾ ਕੁ ਘੰਟਾ 'ਤੇ ਬਹਿ ਲੈਂਦਾ ਲੱਤਾਂ ਲਮਕਾ ਕੇ, ਜੇ ਲੰਬਾ ਸਫ਼ਰ ਹੋਵੇ ਫਿਰ ਮੈਂ ਸੀਟ 'ਤੇ ਵੀ ਚੌਂਕੜੀ ਮਾਰ ਕੇ ਬਹਿ ਜਾਂਦਾ। ਮੈਨੂੰ ਆਦਤ ਹੀ ਹੈ ਚੌਂਕੜੀ ਮਾਰਨ ਦੀ, ਮੈਨੂੰ ਭਾਵੇਂ ਤੁਸੀਂ 15 ਘੰਟੇ ਭਾਈ ਰੱਖੋ ਮੈਂ ਬੈਠਾ ਰਹਿੰਦਾ, ਆਦਤ ਪੈ ਗਈ। ਅਤੇ ਬੀਬੀ ਉਹ ਜੇ ਗੋਡੇ ਬਚਾ ਕੇ ਰੱਖਣੇ ਨੇ, ਪੁਰਾਣੀਆਂ ਬੀਬੀਆਂ ਦੇ ਗੋਡੇ ਤਾਂ ਘੱਟ ਦੁਖਦੇ ਸੀ, ਉਹ ਚੌਂਕੀ 'ਤੇ ਥੱਲੇ ਰੋਟੀ ਬਣਾਉਂਦੀਆਂ ਸੀ ਬਹਿ ਕੇ ਥੱਲੇ। ਹੁਣ ਅੱਜ ਕੱਲ੍ਹ ਕੁਰਸ ਰਸੋਈਆਂ ਦੇ ਵਿੱਚ ਖੜ੍ਹ ਕੇ ਬੀਬੀਆਂ ਰੋਟੀ ਪਕਾਉਂਦੀਆਂ, ਰੋਟੀਆਂ ਵੀ ਖੜ੍ਹ ਕੇ, ਫਿਰ ਫਰਸ਼ ਲੱਗੇ ਨੇ ਕੱਚੇ 'ਤੇ ਨਹੀਂ ਤੁਰਦੇ, ਸੈਰ ਕਰੀ ਦੀ ਪੱਕੇ ਥਾਂ 'ਤੇ ਨਹੀਂ ਕੱਚੇ ਥਾਂ 'ਤੇ, ਜੁੱਤੇ ਵੀ ਇੱਦਾਂ ਦੇ ਪਾ ਕੇ ਰੱਖੋ ਜਿਹੜੇ ਥੱਲਿਓਂ ਪੋਲੇ ਹੋਣ, ਉਹ ਗੋਡਿਆਂ 'ਤੇ ਫਿਰ ਵਜਨ ਨਹੀਂ ਪੈਂਦਾ, ਉਹਦੇ ਨਾਲ ਠੀਕ ਹੋ ਜਾਂਦਾ। ਅਤੇ ਜਿੰਨੀਆਂ ਬੀਬੀਆਂ ਨੂੰ ਲੱਗਦਾ ਵੀ ਮੈਂ ਬਚਪਨ 'ਚ ਗੋਡੇ ਪਵਾਉਣੇ ਨਹੀਂ ਬੁੱਢੀ ਹੋ ਕੇ, ਉਹ ਫਿਰ ਰੋਜ਼ 2 ਘੰਟੇ ਚੌਂਕੜੀ ਲਾ ਕੇ ਬੈਠਿਆ ਕਰੇ, ਸ਼ਾਮ ਦਾ ਵੀ ਕੰਮ ਚੌਂਕੜੀ ਲਾ ਕੇ ਕਰੇ, ਸਵੇਰ ਦਾ ਵੀ ਕਰੇ, ਗੈਸ ਚੁੱਲ੍ਹਾ ਉੱਤੋਂ ਲਾ ਕੇ ਥੱਲੇ ਰੱਖ ਲਓ, ਪੀੜ੍ਹੀ 'ਤੇ ਚੌਂਕੜੀ ਲਾ ਲਿਆ ਕਰੋ। ਗੋਡੇ ਜਦੋਂ ਮੁੜਦੇ ਨੇ ਨਾ, ਆਹ ਜਦੋਂ ਮੁੜਦੇ ਨੇ ਇਹ ਫਿਰ ਜਾਮ ਨਹੀਂ ਹੁੰਦੇ, ਗੋਡੇ ਮੋੜ ਕੇ ਆਪਾਂ ਰੱਖਦੇ ਹਾਂ ਜਦੋਂ, ਅਤੇ ਜਾਮ ਨਹੀਂ ਹੁੰਦੇ ਫਿਰ, ਉਹ ਜਿਹੜੀ ਇਹਦੇ 'ਚ ਭਰ ਜਾਂਦੀ ਹੈ ਚਰਬੀ ਚੁਰਬੀ, ਉਹ ਭਰਦੀ ਨਹੀਂ। ਗੋਡੇ ਮੋੜਦੇ ਰਹੀਏ, ਤੁਰਦੇ ਰਹੀਏ ਅਤੇ ਚੌਂਕੜੀ ਮਾਰ ਕੇ ਬੈਠੀ। ਜ਼ਿਆਦਾਤਰ ਮੇਰੀ ਨਾਨੀ ਦੀ ਉਮਰ 90 ਸਾਲ ਦੀ ਹੈ, 90 ਸਾਲ, ਅਤੇ ਤੁਸੀਂ ਮੰਨਣਾ ਨਹੀਂ 3 ਵਜੇ ਉੱਠ ਪੈਂਦੀ ਹੈ, 3 ਵਜੇ ਉਹਨੇ ਨਹਾ ਕੇ ਚੌਂਕੜੀ ਲਾ ਕੇ ਬਹਿ ਜਾਣਾ, ਸਾਰਾ ਦਿਨ ਮੰਜੀ 'ਤੇ ਚੌਂਕੜੀ ਲਾ ਕੇ ਬੈਠੀ ਰਹਿੰਦੀ, ਸਾਰਾ ਦਿਨ। ਉਹਨੂੰ ਭਾਵੇਂ 16 ਘੰਟੇ ਵਾ ਲਓ, ਉਹ 16 ਘੰਟੇ ਚੌਂਕੜੀ ਲਾਈ ਰੱਖਦੀ। ਮੇਰੇ ਮਾਤਾ ਜੀ ਦਾ ਕਦੇ ਗੋਡੇ ਨਹੀਂ ਸੀ ਦੁਖਦੇ, ਉਹ ਵੀ ਚੌਂਕੜੀ ਲਾ ਕੇ ਬੈਠਦੀ ਸੀ, ਮੰਜੀ 'ਤੇ ਬਹਿਣਾ ਚੌਂਕੜੀ ਮਾਰ ਕੇ ਹੀ ਬਹਿਣਾ, ਅਤੇ ਉਹ ਗੋਡੇ ਫਿਰ ਦਰਦ ਨਹੀਂ ਹੁੰਦੇ। ਅਤੇ ਚੌਂਕੜੀ ਲਾ ਕੇ ਬੈਠਿਆ ਕਰੋ, ਫਿਰ ਗੱਲ ਬਣੀ ਰਹਿੰਦੀ ਹੈ, ਤਾਂ ਕਰਕੇ ਅੱਗੇ ਤੋਂ ਧਿਆਨ ਰੱਖਣਾ। ਬਾਕੀ ਜਿਨ੍ਹਾਂ ਦੇ ਹੁਣ ਛਿੜ ਜਾਂਦਾ ਪੰਗਾ, ਦਰਦ ਹੋਣ ਲੱਗ ਜਾਣ, ਫਿਰ ਤਾਂ ਤੁਹਾਨੂੰ ਦੱਸੇ ਸੀ ਵੀ ਅਸੀਂ ਕਿ ਟਰੱਕ ਭਰ ਕੇ ਗੋਡਿਆਂ ਦਾ ਲਿਆਵਾਂਗੇ, ਉੱਧਰੋਂ ਕਿੱਧਰੋਂ ਡਾਕਟਰ ਲੱਭ ਲਾਂਗੇ, ਫਿਰ ਆਪਾਂ ਕਹਾਂਗੇ ਵੀ ਪਾਈ ਚੱਲੋ ਜਿਹੜੇ ਜਿਹੜੇ ਹੈਗੇ ਨੇ ਪਵਾਉਣ ਵਾਲੇ। ਹੁਣ ਉੱਦਾਂ ਗੋਡੇ ਪਵਾਉਣੇ ਹੋਣ ਤਾਂ ਉਹ 40-50 ਹਜ਼ਾਰ ਲੱਖ ਰੁਪਈਏ ਦਾ ਵੀ ਗੋਡਾ ਮਿਲਦਾ, 2 ਲੱਖ ਦਾ ਵੀ ਮਿਲਦਾ, 5 ਲੱਖ ਦਾ ਵੀ ਗੋਡਾ ਹੈਗਾ, ਅਤੇ ਆਪਾਂ ਫਿਰ ਕੋਈ ਕਹਾਂਗੇ ਵੀ ਕੋਈ ਕੋਈ ਮਿਲ ਜਾਣ ਕਿਸੇ ਪਾਸਿਓਂ, ਅਤੇ ਇਕੱਠੇ ਹੀ ਲਿਆ ਲਿਊ ਕੇ, ਅਤੇ ਫਿਰ ਚਲੋ ਡਾਕਟਰ ਲੱਭ ਲੁੱਭ ਕੇ ਫਿਊਚਰ 'ਚ ਵੇਖਦੇ ਹਾਂ।